देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। चहल पहल दीआं इह तस्वीरां दिल्ली दे बाजारां दीआं ने जिथे दुकाना खोलण नूं लै के लाईआं गईआं पाबंदियां नूं हटा दित्ता गया ते हुण दुकाना आम दिनां दी तरह खुल सकणगीआं। दस दिए कि बीते दिनी दिल्ली दे मुख मंत्री अरविंद केजरीवाल वल्लों बाजारां चों ऑड ईवन सिस्टम नूं खत्म कर दित्ता गया सी ते आदेश दित्ते गए सन कि हुण दुकाना आम दिनां दी तरह खुल सकणगीआं, जिस दे चलदे अज बाजारां च आम दिनां दी तरह चहल पहल वेखी गई। जिक्रयोग है कि दिल्ली च कोरोना दे लगातार वधदे केसां दे मद्देनजर पिछले एक महीने तो ज्यादा समय तो दिल्ली च लॉकडाउन लगा होया सी, पर हुण दुकानां नूं खोल दित्ता गया ते लोक आम जिंदगी दी तरह अपने कामकार ते वापस आ रहे ने। इसे दे चलदे दिल्ली दे लोकां वल्लों सरकार दे इस फैसले दा स्वागत कीता गया। देखो जी, असीं अपने सीएम जिहड़े साडे केजरीवाल जी हैगे ने उहनां दा धन्यवाद करदे आं, एलजी साहब दा धन्यवाद करदे आं कि उन्होंने साडे व्यापारियों की जिहड़ी एक डिमांड थी कि बाजार पूरा खुलना चाहिए, तो सानूं इस चीज़ की बहुत खुशी है कि बाजार पूरा खुलिया। तो अगे भी यही चाहवांगे कि जिवें व्यापारी का पूरा, देखो अज व्यापारी काम करेगा ता ही देश चलेगा ना, टैक्स कितों आएगा, टैक्स कट्ठा कितों करोगे तुसीं, व्यापारियों को ही करोगे ना, जो व्यापारी दुकाना बंद होणगे कितों काम चलणगे। यह जिहड़े पिछे हुणे हफ्ता गया है उल्टा काम जिहड़ा पहले चलना सी खत्म ही हो गया बिल्कुल, जिहड़ा तीन दुकाना खुल रही तीन बंद, वो उल्टा काम खराब होया है। तो हुण अगे जिहड़ा असीं यही उम्मीद करते हैं कि दिवाली आ रही है, त्यौहार आ रहे हैं, रखड़ी आ रही है, ਵੀ ਸਾਡਾ ਕੰਮ ਜਿਹੜਾ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਚੱਲੇਗਾ। ਦੇਖੋ ਜੀ, ਮਾਰਕੀਟ ਪੂਰੀ ਖੁੱਲ੍ਹਣ ਨਾਲ ਇੱਕ ਫਾਇਦਾ ਹੋ ਗਿਆ ਕਿ ਜਿਸ ਤਰ੍ਹਾਂ ਪਹਿਲੇ ਪਿਛਲੇ ਹਫ਼ਤੇ ਔਡ ਈਵਨ ਚੱਲਦਾ ਸੀ ਉਸੇ ਬਾਜ਼ਾਰਾਂ 'ਚ ਰੌਣਕ ਨਹੀਂ ਸੀ, ਹੁਣ ਘੱਟ ਤੋਂ ਘੱਟ ਇਹਦੀ ਰੌਣਕ 'ਚ ਲੋਟ ਹੈਗੀ ਨਾ ਵਾਪਸ, ਜਿਹੜੇ ਕਸਟਮਰ ਚਲੇ ਗਏ ਸੀ ਹੁਣ ਦੁਬਾਰਾ ਆਏਗਾ। ਇੱਕ ਕਸਟਮਰ ਨੇ 10 ਦੁਕਾਨਾਂ ਜਾਣਾ, 5 ਖੁੱਲ੍ਹੀਆਂ ਸੀ 5 ਬੰਦ ਸੀ, ਅਤੇ ਹੁਣ ਘੱਟ ਤੋਂ ਘੱਟ ਉਹਨੂੰ ਸਮਾਨ ਤਾਂ ਮਿਲ ਜਾਏਗਾ ਨਾ, ਇਸ ਕਰਕੇ ਹੁਣ ਦਿਨ ਬ ਦਿਨ ਜਿਹੜਾ ਗਾਹਕ ਆਉਣੇ ਸ਼ੁਰੂ ਹੋ ਜਾਣਗੇ ਅਤੇ ਨੋਰਮਲਸੀ ਹੋ ਜਾਏਗੀ ਸ਼ੁਰੂ। ਤੋ ਅੱਗੇ ਨਾ ਪਿਛਲੇ ਨਾਲੋਂ ਹੁਣ ਜ਼ਿਆਦਾ ਦਿੱਕਤ ਨਹੀਂ ਆਏਗੀ। ਅੱਛਾ ਗੱਲ ਹੈ ਕਿ ਇਹਨਾਂ ਨੇ ਔਡ ਈਵਨ ਕਰਕੇ ਰੈਗੂਲਰ ਦੁਕਾਨਾਂ ਖੋਲ੍ਹ ਦਿੱਤੀਆਂ। ਸਦਰ ਬਾਜ਼ਾਰ ਖੁੱਲ੍ਹਣੇ ਸੇ ਹਮਾਰੇ ਵਪਾਰ ਮੇਂ ਅਬ ਥੋੜ੍ਹੀ ਸੀ ਰਾਹਤ ਆਈ ਹੈ, ਜੋ ਔਡ ਈਵਨ ਸੇ ਦੁਕਾਨ ਖੁੱਲ੍ਹ ਰਹੀ ਥੀ। ਔਡ ਈਵਨ ਸੇ ਖੁੱਲ੍ਹਣੇ ਮੇਂ ਹਮ ਲੋਗੋ ਕੋ ਨੁਕਸਾਨ ਹੋ ਰਹਾ ਥਾ, ਅਬ ਪੂਰੀ ਮਾਰਕੀਟ ਖੁੱਲ੍ਹਣੇ ਸੇ ਹਮ ਲੋਗੋ ਕੋ ਥੋੜ੍ਹਾ ਸਾ ਰਾਹਤ ਆਈ ਹੈ। ਸਰ, ਅੱਜ ਤਾਂ ਸਾਰੀ ਦੁਕਾਨਾਂ ਖੋਲ੍ਹ ਦਿੱਤੀ ਗਈ ਹੈ ਕੇਜਰੀਵਾਲ ਦੁਆਰਾ, ਕੈਸੇ ਲੱਗਦਾ? ਬਹੁਤ ਵਧੀਆ ਲੱਗ ਰਿਹਾ ਜੀ, ਦੁਕਾਨਾਂ ਖੁੱਲ੍ਹ ਗਈਆਂ, ਜੇ ਬਸ ਇਸੇ ਤਰੀਕੇ ਦੁਕਾਨਾਂ ਖੁੱਲ੍ਹੀਆਂ ਰਹਿਣ ਕੰਮ ਚੱਲਦੇ ਰਹਿਣ ਤਾਂ ਜ਼ਿਆਦਾ ਵਧੀਆ, ਹੁਣ ਦੁਬਾਰਾ ਬੰਦ ਨਹੀਂ ਹੋਣਾ ਚਾਹੀਦਾ, ਲੋਕ ਸਾਵਧਾਨੀ ਵਰਤਣ ਤਾਂ ਜ਼ਿਆਦਾ ਵਧੀਆ। ਜੇ ਕੰਮ ਇਸੇ ਤਰੀਕੇ ਚੱਲਦਾ ਰਹੇਗਾ ਤਾਂ ਲੋਕਾਂ ਦੇ ਜਿਹੜੇ ਖਰਚੇ ਨੇ ਜਿਹੜੇ ਬਹੁਤ ਵਧੇ ਹੋਏ ਨੇ ਉਹ ਠੀਕ ਰਹਿਣਗੇ, ਜੇ ਅਗਰ ਦੁਬਾਰਾ ਬੰਦ ਹੋ ਗਿਆ ਤਾਂ ਕਾਫੀ ਪ੍ਰੋਬਲਮ ਹੋ ਜਾਏਗੀ। ਇਸ ਕਰਕੇ ਸੋਸ਼ਲ ਡਿਸਟੈਂਸਿੰਗ ਦਾ ਕਾਫੀ ਇੱਧਰ ਧਿਆਨ ਰੱਖਿਆ ਜਾ ਰਿਹਾ, ਨਾਲ ਸਾਰਾ ਅਸੀਂ ਧਿਆਨ ਰੱਖ ਰਹੇ ਹਾਂ ਕਿ ਬਈ ਲੋਕ ਮਾਸਕ ਲਗਾ ਕੇ ਆਉਣ, ਜੇ ਕੋਈ ਨਹੀਂ ਵੀ ਹੁੰਦਾ ਤਾਂ ਅਸੀਂ ਆਪ ਕੰਪਲੇਂਟ ਕਰ ਦਿੰਦੇ ਹਾਂ ਕਿ ਵੀ ਇਹਨੇ ਮਾਸਕ ਨਹੀਂ ਲਗਾਇਆ, ਦੁਕਾਨਦਾਰ ਨੇ ਧਿਆਨ ਨਹੀਂ ਰੱਖਿਆ ਹੋਇਆ, ਤੇ ਇਸ ਕਰਕੇ ਕਾਫੀ ਕੁਝ ਦੇਖ ਰਹੇ ਸੀ। ਦਿੱਲੀ ਤੋਂ ਅਜੇ ਜਾਦ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ ਮੋਬਾਈਲ 84374 94648 84374 94648।